ਸਾਰਿਆਂ ਭਾਈਆਂ ਮੇਰੀ ਤਰਫੋਂ ਅਸਲਾਮੁਅਲੈਕਮ ਮੇਰਾ ਪੈਗਾਮ ਹੈ ਆਪਣਾ پرویز ਇਲਾਇ ਚੌਧਰੀ پرویز ਇਲਾਇ ਵਾਸਤੇ ਜਿਹੜਾ ਪੰਜਾਬ ਅਸੈਂਬਲੀ ਦਾ ਸਪੀਕਰ ਹੈ ਅਸੀਂ ਵੀ ਜੱਟ ਬਰਾਦਰੀ ਨਾਲ ਤੱਲਕ ਰੱਖਦੇ ਆਂ ਤੇ ਜੱਟ ਬਰਾਦਰੀ ਜਿਹੜੀ ਉਹ ਇਹਨਾਂ ਨੇ अहमियत ਦਿੰਦੀ ਹੈ ਗੁਜਰਾਤੀਆਂ ਪਰ ਇਹਨਾਂ ਦਾ ਵੀ ਤੱਲਕ ਜੱਟ ਬਰਾਦਰੀ ਨਾਲ ਹੈ ਗੁਜਰਾਤ ਮੰਡੀ ਇੱਕ ਹੀ ਸਾਡੀ ਮੰਡੀ ਵੀ ਪੜੋ ਗੁਜਰਾਤ ਦੀ ਤਹਿਸੀਲ ਹੈ پرویز ਇਲਾਇ ਅੱਗੇ ਇਹ ਸਾਡੀ ਗੁਜ਼ਾਰਸ਼ ਹੈ ਜੱਟ ਬਰਾਦਰੀ ਦੀ ਬਜੜਾ ਦਸਵੇਂ ਦਿਹਾੜੇ ਦਾ ਤਮਾਸ਼ਾ ਰੋਟੀਵੀ ਤੇ ਬਣਾਇਆ ਹੋਇਆ बॉम शाबाज शरीफ प्याजिले दर्जे फहिब वतन पाकिस्तान ऊंजी गैरत करनी चाहिए ना इस प्यो साम किया ना इस फजलो रहमान अब तक पाकिस्तान जिंदाबाद का नारा लाया दुश्मन है पाकिस्तान जिद मगर जरदारी शबाज शरीफ लगे हो ਤੇ ਪਰਵੇ ਜ਼ਿਲਾ ਹੀ ਅੱਗੇ ਇਹ ਮੇਰੀ ਅਪੀਲ ਹੈ ਬਸ ਜੱਟ ਬੰਦਾ ਹੈ ਜ਼ਿਮੀਂਦਾਰ ਬੰਦਾ ਹੈ ਖਾਨਦਾਨੀ ਬੰਦਾ ਹੈ ਮਾਉ ਪਿਓ ਵਾਲਾ ਬੰਦਾ ਹੈ ਤੇ ਜੱਟ ਬਰਾਦਰੀ ਤੁਹਾਡੀ ਇੱਜ਼ਤ ਵੀ ਕਰਦੀ ਹੈ ਖਾਸ ਤੌਰ ਤੇ ਮੰਡੇ ਗੁਜਰਾਤ ਅੜੇ ਆ ਟਾਂਕ ਹੋਇ ਨਵੜਾਈ ਤੇ ਨਾ ਕੋਈ ਚੱਬਲ ਮਾਰੀ Imran Khan ਉਹ ਬੰਦਾ ਜਿਸ ਤੇਰੇ ਮੁਕਾਬਲੇ ਚ ਐਮਐਨਏ ਦਾ ਆਪਣਾ ਕੈਂਡੀਡੇਟ ਹੀ ਨਹੀਂ ਖੜਾ ਕੀਤਾ ਅਗਰ Imran Khan ਤੇਰੇ ਖਿਲਾਫ ਗੁਜਰਾਤ ਦੇ ਵਿੱਚ ਕੈਂਡੀਡੇਟ ਖੜਾ ਕਰਦਾ ਤੂੰ ਐਮਐਨਏ ਨਹੀਂ ਬਣ ਸਕਦਾ ਨਾ ਐਮਪੀਏ ਬਣ ਸਕਦੇ ਆ ਅਕਸਰ ਤੁਸੀਂ ਗੁਜਰਾਤ ਵਿੱਚ ਹੋ ਰਹੇ ਹੋ ਅਗਰ ਇਹ ਤੇਰੇ ਕੋਲ ਜਿਹੜੀਆਂ ਤਿੰਨ ਚਾਰ ਸੀਟਾਂ ਹੈ ਨਾ ਪਾਕਿਸਤਾਨ ਚੋਂ ਜਿਨ੍ਹਾਂ ਦੇ ਅੱਜ ਤੂੰ ਟਿੱਲੇ ਤੇ ਆਕੜਦਾ ਪਿਆ ਇਹ ਚਾਰ ਸੀਟਾਂ ਵੀ ਤੁਹਾਡੇ ਕੋਲ ਕੋਈ ਨਾ ਨੋਣੀਆਂ ਅਗਰ ਇਮਰਾਨ ਖਾਨ ਤੁਹਾਡੇ ਖਿਲਾਫ ਕਾਨੀ ਡੇਟ ਖੜਾ ਕਰਦਾ ਤੇ ਚਾਰ ਤੁਹਾਡੀਆਂ ਸੀਟਾਂ ਪੂਰੇ ਪਾਕਿਸਤਾਨ ਚੋਂ ਤਿੰਨ ਉਸ ਦੋਨ ਵਜ਼ਾਰਤਾਂ ਦਿੱਤੀਆਂ ਹੋਰ ਉਹ ਦੋਨ ਕੀ ਕਰੇ ਤਿੰਨ ਉਸ ਪੰਜਾਬ ਦਾ ਸਪੀਕਰ ਬਣਾਇਆ ਪੁੱਤਰੇ ਤੇਰਨ ਵਜ਼ਾਰਤ ਦਿੱਤੀ ਹੈ ਇੱਕ ਬਾਵਲਪੁਰ ਦਾ ਤੁਹਾਡਾ ਇੱਕ ਐਮਐਨਏ ਉਹਨੂੰ ਉਸ ਵਜ਼ੀਰ ਬਣਾਇਆ ਹੈ ਇਸ ਤੋਂ ਅੱਗੇ ਹੋਰ ਕਿੰਨੀ ਇੱਜ਼ਤ ਉਹ ਬੰਦਾ ਦਵਾਂਦੇ ਵੇ ਤੇ ਕੋਈ ਇਨਸਾਨ ਦੀ ਗੱਲ ਵੀ ਹੁੰਦੀ ਹੈ ਟੀਵੀ ਤੇ ਤਮਾਸ਼ਾ ਬਣਿਓ ਹੈ ਅਗਾ ਡਟ ਕੇ ਖਲੋ ਇਮਰਾਨ ਖਾਨ ਨਾਲ ਇੱਕ ਜੇ ਸੱਚਾ ਬੰਦਾ ਹੈ ਲੀਡਰ ਹੈ ਨਰਦਾਰ ਬੰਦਾ ਹੈ ਤੇ ਸਾਰੇ ਚੋਰ ਇਕੱਠੇ ਹੋਏ ਉਹਨੋਂ ਦੇ ਖਿਲਾਫ ਉਹ ਅੱਲਾ ਉਹਦੇ ਤੇ ਰਹਿਮ ਕਰ ਸੀ ਤੇ ਇੱਕ ਬੇਰਾਏ ਪੈਗਾਮ ਹੈ ਤੁਹਾਡੇ ਗੁਜਰਾਤੀਆਂ ਵਾਸਤੇ ਆ ਪ੍ਰਵੇਜ਼ ਇਲਾਈ ਵਾਸਤੇ ਜੇ ਇੱਥੇ ਗਲਤੀ ਕਰ ਗਏ ਹੋ ਨਾ ਆ وزارتIAL ਲਾ ਦੇ ਲਾਲਚ ਨੂੰ ਜਾਂ ਕਿਸੇ ਹੋਰ ਹੀ ਲਾਲਚ ਨੇ ਇਮਰਾਨ ਖਾਨ ਦਾ ਤੋਂ ਸਾਥ ਛੱਡਿਆ ਮੇਰੀ ਇੱਕ ਗੱਲ ਅੱਜ ਦੀ ਰੇਖ ਲਵੀ ਮੈਂ ਸਿਆਸਤਦਾਨ ਕੋਈ ਨੇ ਸਾਹਮਣੇ ਆਕਾਰ ਕੋਨਾ ਦੁਆਡੀ ਸਿਆਸਤ ਪਾਕਿਸਤਾਨ ਦੇ ਵਿੱਚ ਜਿਹੜੀ ਕੋਈ ਬੱਚੀ ਖੁਚੀ ਹੈ ਨਾ ਉਹ ਵੀ ਦਫਨ ਹੋ ਜਾਣੀ ਤੂੰ ਭੁੱਲ ਜਾਣਾ ਕਿ ਮੈਂ ਗੁਜਰਾਤ ਚ ਐਮ ਪੀ ਐ ਜਾਂ ਐਮ ਐਨ ਏ ਬਣ ਜਾਣਾ ਦੁਆਡੀ ਸਿਆਸਤ ਦਾ ਹਾਲ ਉਹ ਹੀ ਹੋਣਾ ਹੈ ਜਿਹੜਾ ਜਵੇਦ ਹਸ਼ਮੀ ਦੀ ਸਿਆਸਤ ਦਾ ਹਾਲ ਹੋਇਆ ਜਵੇਦ ਹਸ਼ਮੀ ਇੱਕ ਸੀਨੀਅਰ ਸਿਆਸਤਦਾਨ ਹੈ ਪਾਕਿਸਤਾਨ ਦਾ ਜਦੋਂ ਦਾ ਇਮਰਾਨ ਖਾਨ ਨੂੰ ਛੱਡ ਕੇ ਗਿਆ ਉਸ ਤੋਂ ਬਾਅਦ ਅਸੈਂਬਲੀ ਚ ਨਹੀਂ ਵੜ ਸਕਿਆ ਤੇ ਖਾਨਦਾਨੀ ਬੰਦੇ ਉਹ ਡਾਟ ਕੇ ਉਹਦੇ ਨਾਲ ਖਲੋਵੋ ਤਮਾਸ਼ਾ ਤੁਸੀਂ ਬਣਾਇਆ ਹੋਇਆ ਚਾਰ ਤੁਹਾਡੀਆਂ ਸੀਟਾਂ ਤੇ ਬਲੈਕਮੇਲ ਤੁਸੀਂ ਉਹਨਾਂ ਕਰਦੇ ਹੋ ਤਰੇ ਉਸ ਦੋਨ ਵਜ਼ਾਰਤਾਂ ਦਿੱਤੀਆਂ ਉਹ ਤੁਹਾਡੀ ਇੱਜ਼ਤ ਕਰਦਾ ਮੇਰੇ ਸੰਗਿਨ ਤੁਹਾਡੇ ਖਿਲਾਫ ਉਸ ਕੈਂਡੀਡੇਟ ਹੀ ਨਹੀਂ ਖੜਾ ਕੀਤਾ ਇਲੈਕਸ਼ਨ ਵਿੱਚ ਤੁਸੀਂ ਅੱਜ ਤੱਕ ਗੁજરાਤ ਤੋਂ ਬਣੇ ਹੀ ਨਹੀਂ ਉਹਦੀ وجہ ਤੋਂ ਪੀਟੀਆਈ ਦੀ وجہ ਤੋਂ ਤੁਸੀਂ پرویز ਇਲਾਹੀ ਐਮਪੀ ਤੇ ਐਮਐਨਏ ਬਣੇ ਉਸ ਤੇਰੇ ਮੁਖਾਲਫ ਕੈਂਡੀਡੇਟ ਨਹੀਂ ਖੜਾ ਕੀਤਾ ਤੂੰ ਤੇ ਉਸ ਦਾ एहसान ਹੀ ਨਹੀਂ ਲਾਉਣੇ ਵਾਲਾ ਤਮਾਸ਼ਾ ਪੂਰੇ ਮੀਡੀਆ ਤੇ ਤੂੰ ਬਣਵਾਇਆ ਜੀ ਹੁਣ ਮੈਨੂੰ ਵਜ਼ਾਰਤਾਂ ਅੱਲਾਹ ਦੀ ਪੇਸ਼ਕਸ਼ ਜ਼ਰਦਾਰੀ ਕਰ ਗਿਆ ਸ਼ਬਾਸ਼ ਸ਼ਰੀਫ ਕਰ ਗਿਆ ਫਜ਼ਲ ਇਹ ਤੇ ਚੋਰ ਤੇ ਡਾਕੂ ਜਿਨ੍ਹਾਂ ਦੀਆਂ ਗੱਲਾਂ ਤੋਪਿਆ ਕਰਦਾ ਹੈ ਅਗਰ ਆਪਣੀ ਇੱਜ਼ਤ ਬਚਾਉਣੀ ਹੈ ਨਾ ਜਾਂ ਆਪਣੀ ਸਿਆਸਤ ਆਉਣ ਵਾਲੇ ਵਕਤ ਚ ਪਾਕਿਸਤਾਨ ਕਰਨੀ ਇਹ ਪਰਵੇਜ਼ ਇਲਾਈ ਸਾਹਿਬ ਤੇ ਅੱਜ ਇਮਰਾਨ ਖਾਨ ਨਾਲ ਡਟ ਕੇ ਖਲੋ ਇੱਜ਼ਤ ਵੀ ਲਬਸੀਆ ਪਾਕਿਸਤਾਨੀ ਕੌਮ ਵੀ ਇੱਜ਼ਤ ਕਰਸੀ ਔਰ ਸਿਆਸਤ ਵੀ ਹੋ ਸੀਆ ਜੇ ਇੱਥੇ ਇਮਰਾਨ ਖਾਨ ਨਾਲ ਤੁਸੀਂ ਕਿਸੇ ਕੁਰਸੀ ਦੇ ਲਾਲਚ ਨੋ ਜਾਂ ਕਿਸੇ ਫਰੇਜ ਜਾਂ ਧੋਖੇ ਵਿੱਚ ਆ ਕੇ ਇਮਰਾਨ ਖਾਨ ਦਾ ਸਾਥ ਛੱਡਿਆ ਨਾ ਤੇ ਮੇਰੀ ਅੱਜ ਦੀ ਗੱਲ ਯਾਦ ਰੱਖਿਆ ਸਿਆਸਤਦਾਨ ਮੈਂ ਕੋਈ ਨਸਕਾਰ ਕੋਨਾ ਮੈਂ ਇੱਕ ਤੁਹਾਡੀ ਪਾਕਿਸਤਾਨ ਦੇ ਵਿੱਚ ਆਉਣ ਵਾਲੇ ਵਕਤ ਚ ਸਿਆਸਤ ਹੀ ਦਫਨ ਹੋ ਜਾਣੀ। ਬੇਕਦੇ ਦਾਗ ਲੱਗ ਜਾਣਾ ਤੁਹਾਡੀ ਸਿਆਸਤ ਤੇ। ਕਿ ਉਸ ਬੰਦੇ ਦਵਨ ਚਾਰ ਸੀਟਾਂ ਤੇ ਤਰੇ ਵਜ਼ਾਰਤਾਂ ਦਿੱਤੀਆਂ ਨੇ ਉਸ ਬੰਦੇ ਦਵਨ ਕਿੰਨਾ ਨਵਾਜ਼ਿਆ ਹੈ ਤੁਹਾਡੇ ਖਿਲਾਫ ਇਲੈਕਸ਼ਨ ਚ ਕੈਂਡੀਡੇਟ ਨਹੀਂ ਖੜਾ ਕੀਤਾ ਤੇ ਤੁਸੀਂ ਇਹ ਡਰਾਮਾ ਦਾ ਬਣਾਇਆ ਹੈ। ਕਦੀ ਤੁਸੀਂ ਇਹਦੇ ਹਸਨ ਵਜ਼ੀਰ-ਏ-ਆਲਾ ਬਣਾਇਆ ਕਦੀ ਇਹਦੇ ਤੈਨਸ ਪੰਜਾਬ ਦਾ ਸਪੀਕਰ ਬਣਾਇਆ ਚੋਂ ਸੀਟਾਂ ਦਾ ਤੂੰ ਮਾਲਕ ਹੈ। ਹੋਰ ਤੇ ਦਵਨ ਇਮਰਾਨ ਖਾਨ ਕੀ ਕਰੇ? ਡਾਟ ਕੇ ਉਹਦਾ ਸਾਥ ਦੇਉਂ ਜੱਟਾਂ ਦਾ ਪੁੱਤਰ ਹੈ ਖਾਨਦਾਨੀ ਬੰਦੇ ਹੋ ਕਿਉਂ ਆਪਣੇ ਆਪ ਨੇ ਲੇਕ ਲਵਾਉਂਦੇ ਹੋ ਕਿਉਂ ਜੱਟ ਬ੍ਰਾਦਰਹੂਨ ਬੇਇੱਜ਼ਤ ਕਰਾਉਂਦੇ ਹੋ ਇਨ੍ਹਾਂ ਚੋਰਾਂ ਤੇ ڈاکੂਆਂ ਦੇ ਅੱਖ ਲਾ ਕੇ ਇਹ ਮੇਰਾ ਪੈਗਾਮ ਹੈ ਇਹ ਕਾਮਜਾ ਬੰਦੇ ਦਾ ਇਹ ਕਾਮਜਾ ਜੱਟ ਬ੍ਰਾਦਰੀ ਨਾਲ ਮੇਰਾ ਤਲਕ ਹੈ ਇਸ ਤੋਂ ਮੈਂ ਪੈਗਾਮ ਦਿੱਤਾ ਹੈ ਬਤ ਤੂੰ ਵੀ ਜੱਟ ਬ੍ਰਾਦਰੀ ਦਾ ਤੇ ਗੁਜਰਾਤ ਦੇ ਤੇ ਮੰਡੀ ਦੇ ਬੰਦਿਆਂ ਜੱਟਾਂ ਨੂੰ ਬੇਇੱਜ਼ਤ ਨਾ ਕਰਵਿਆ ਖਾਨਦਾਨੀ ਬੰਦੇ ਹੋ ਡਾਕਟਰ ਖਲੋਵਾ ਇਮਰਾਨ ਖਾਨ ਨਾਲ ਹੁਣ ਜੇ ਬਦ ਤੇ ਮੁਸ਼ਕਲ ਵਕਤ ਹੈ ਤੇ ਤੂੰ ਸਾ ਮਦਾਰੀ ਬਣਾਈ ਹੋਈ ਹੈ ਮੀਡੀਆ ਉੱਤੇ ਸਾਨੂੰ ਉਹਦੋਂ وزارت ਪਿਲਪਦੀ ਉਹਦੋਂ ਪਿਲਪਦੀ ਉਸਦੋਂ وزارتਾਂ ਨਹੀਂ ਦਿੱਤੀਆਂ ਚਾਰ ਸੀਟਾਂ ਤੇ وزارتਾਂ ਦਿੱਤੀਆਂ ਹੋਰ ਦੁਆਨੇ ਕੀ ਕਰਿਓ ਤਮਾਸ਼ਾ ਬਣਾਇਆ ਤੂੰ ਸਾ ਮੀਡੀਆ ਉੱਤੇ ਇੱਕੋ ਜੀ ਸਾਨੂੰ وزارتਾਂ ਆਲਾ ਪਿਲਪਦੀ وزارتਾਂ ਜੇ وزارتਾਂ ਲੱਭ ਗਈ ਉਸ ਡੇਢ ਦਸੀ ਜੇ ਤੂੰ ਇੱਥੇ Imran Khan ਨੂੰ ਧੋਖਾ ਦਿੱਤਾ ਜੇ ਤੇਰੀ ਪਾਕਿਸਤਾਨ ਚ ਸਿਆਸਤ ਬਾਕੀ ਰਹਿ ਗਈ ਤਾਂ ਵੀ ਦਸੀ